स्वागत है जी थोड़ा साढ़े चैनल ते। इस वीडियो नू लाइक करो अते इस लाल रंग दे बटन ते क्लिक करके सब्सक्राइब करो साढ़े चैनल नू अते नाल दिते गए बैल आइकन नू भी जरूर दबाओ ताकि तुहानू लेटेस्ट वीडियोज़ दी नोटिफिकेशन सब तो पहला मिल सकन। ਅਜਨਬੀ ਆਪਣਾ ਕੀ ਆ ਯਾਰ, ਨਜ਼ਾਰੇ ਤਾਂ ਸਾਰਾ ਜੱਗੀ ਲੈਂਦਾ, ਬੀਏ ਕਰਨ ਸਾਰ ਸਾਲੇ ਦਾ ਵਿਆਹ ਹੋ ਗਿਆ, ਭਰਜਾਈ ਨੇ ਹੁਣ ਸਾਰਾ ਕੰਮ ਸਾਂਭ ਲਿਆ। ਸਹੀ ਗੱਲ ਆ ਬਾਈ, ਜ਼ਿੰਦਗੀ ਤਾਂ ਜੱਗੀ ਦੀ ਆ, ਨਜ਼ਾਰੇ ਲੈਂਦਾ, ਆਪਣੀ ਕਾਹਦੀ ਜ਼ਿੰਦਗੀ ਆ, ਪਤਾ ਛੜੇ ਬੰਦੇ ਆ। ਸਹੀ ਗੱਲ ਆ ਬਾਈ, ਸਹੀ ਗੱਲ ਆ। ਉਹ ਹੋਰ ਬਾਈ, ਵਿਆਹ ਵਾਲੇ ਬੰਦੇ ਨੂੰ ਇੱਕ ਮੋਸਤਾ ਹੋ ਜਾਂਦੀ ਹੈ, ਘਰ ਵਾਲੀ ਉਹਦੇ ਕੱਪੜੇ ਧੋਸ ਮਾਰ ਕੇ ਰੱਖਦੀ ਹੈ, ਉਹਦਾ ਖਿਆਲ ਰੱਖਦੀ ਹੈ ਤੇ ਆਉਂਦੇ ਜਾਂਦੇ ਨੂੰ ਚਾਹ ਪਾਣੀ ਪੁੱਛਦੀ ਹੈ, ਖਿਆਲ ਰੱਖਦੀ ਹੈ ਪੂਰਾ। ਉਹ ਸਾਰੀ ਗੱਲ ਤਾਂ ਤੇਰੀ ਸਹੀ ਆ, ਪਰ ਜੱਗੀ ਸੱਚ ਤੂੰ ਕੀ ਸੋਚੀ ਜਾਣਾ ਖੜੇ ਹੋਏ? ਉਹ ਸੋਚਣਾ ਕੀ ਆ ਮੇਰੇ ਯਾਰ, ਇਹ ਤਾਂ ਸਹੀ ਗੱਲ ਆ, ਵਿਆਹ ਵਾਲੇ ਬੰਦੇ ਨੂੰ ਮੌਜ ਹੀ ਹੁੰਦੀ ਆ, ਆਪਣੀ ਤਾਂ ਐਸ਼ ਆ ਯਾਰ ਪੂਰੀ, ਸੁੱਕੇ ਬਹੁਤ ਨੇ ਆਪਾਂ ਨੂੰ ਤਾਂ। ਹੈਲੋ, ਹਾਂਜੀ, ਕਿੱਥੇ ਹੋ? ਮੈਂ ਕਦੋਂ ਦੀ ਵੇਟ ਕਰ ਰਹੀ ਆ, ਮੰਮੀ ਉਹਨਾਂ ਕੋਲ ਜਾਣਾ ਅੱਜ, ਤੁਹਾਨੂੰ ਯਾਦ ਨਹੀਂ? ਹਾਂ ਹਾਂ ਆ ਰਿਹਾ ਮੈਂ, ਕੋਈ ਨਹੀਂ ਆ ਰਿਹਾ, ਬਸ ਆਇਆ ਮੈਂ ਇੱਕ ਮਿੰਟ ਚ। ਚੰਗਾ ਬਾਈ ਮੈਂ ਚੱਲਦਾ ਯਾਰ, ਓਕੇ ਮਿਲਦੇ ਆਪਾਂ ਕੱਲ ਨੂੰ। ਚੰਗਾ ਸ਼ਹਿਰ, ਚੰਗਾ ਦੇਖ ਬਾਈ, ਇਹਨੂੰ ਮੌਜ ਆ, ਘਰ ਵਾਲੀ ਫੋਨ ਕਰਦੀ ਆ, ਘਰ ਵਾਲੀ ਡੇਗਦੀ ਆ ਇਹਨੂੰ ਤਾਂ, ਆਪਾਂ ਨੂੰ ਤਾਂ ਕੋਈ ਨੀ ਡੇਗਦਾ, ਆਪਾਂ ਤਾਂ ਲੱਗਦਾ ਛੜੇ ਹੀ ਮਰਾਂਗੇ। ਉਹ ਗੱਲ ਬਾਈ ਪੱਕੀ ਆ। ਉਹ ਕਾਨੂੰ ਬਾਈ, ਤੁਹਾਨੂੰ ਐਵੇਂ ਲੱਗਦਾ ਵਿਆਹ ਤੋਂ ਬਾਅਦ ਜਨਾਨੀਆਂ ਦੀ ਗੁਲਾਮੀਆਂ ਵੀ ਬਹੁਤ ਕਰਨੀ ਪੈਂਦੀਆਂ ਨੇ? ਆ ਗਿਆ ਉਹ ਰੱਬਾ, ਭੁੱਜ ਗਏ ਅੱਜ ਤਾਂ, ਲੇਟ ਹੋ ਗਏ ਵੀਡੀਓ ਬਣਾਉਂਦੇ ਬਣਾਉਂਦੇ, ਲੇਟ ਭੁੱਜ ਗਏ। ਵੇ ਆ ਗਿਆ ਤੂੰ, ਸਾਰਾ ਦਿਨ ਫਿਲਮਾਂ ਬਣਾਉਂਦਾ ਫਿਰ ਜਾਂਦਾ, ਫਿਰ ਘਰ ਦੇ ਕੰਮ ਦੀ ਵੀ ਟੈਨਸ਼ਨ ਲੈ ਲੈ, ਘਰ ਦੀ ਟੈਨਸ਼ਨ ਵੀ ਦੇਖ ਲਿਆ ਕਰ ਕੋਈ। ਕੀ ਹੋ ਗਿਆ? ਉਹ ਪੁੱਤ ਹੋਣਾ ਕੀ ਹੈ, ਉਹ ਤੇਰੀ ਦੂਜੀ ਮਾਂ ਕੋਠੇ ਤੇ ਪਈ ਰਹਿ ਰਿਹਾ ਸਾਰਾ ਦਿਨ, ਏਸੀ ਤੇ ਬਿਜਲੀ ਫੂਕੀ ਜਾਂਦੀ ਆ, ਕੰਮ ਦੇ ਦੋ ਡੱਕੇ ਨਹੀਂ ਤੋੜਦੀ, ਮੈਨੂੰ ਮਰਨਾ ਪੈਂਦਾ ਸਾਰਾ ਦਿਨ ਕੰਮ ਕਰਨ ਨੂੰ। ਕੋਈ ਨੀ ਮੰਮੀ, ਮੈਂ ਕਹਿੰਦਾ ਉਹਨੂੰ, ਸਮਝਾ ਲੈ ਪੁੱਤ ਉਹਨੂੰ, ਕੰਮ ਦਾ ਕੋਈ ਡੱਕਾ ਤੋੜ ਲਿਆ ਕਰੇ, ਘਰ ਦਾ ਕੋਈ ਕੰਮ ਕਰ ਲਿਆ ਕਰੇ, ਮੈਂ ਹੁਣ ਸਿਆਣੀ ਹੋ ਗਈ, ਮੇਰੇ ਤੋਂ ਨੀ ਕੰਮ ਬਣਦਾ। ਕੋਈ ਮੰਮੀ, ਸਮਝਾਉਂਦਾ ਮੈਂ। ਪਾਣੀ ਪੂਣੀ ਪੀ ਲੈ ਪੁੱਤ ਤੂੰ ਜਾ ਕੇ। ਉਹ ਪੀ ਲੈਣਾ ਮਾਤਾ ਪਾਣੀ, ਮੇਰੀ ਤਾਂ ਸਾਰੀ ਜ਼ਿੰਦਗੀ ਪਾਣੀ ਪਾਣੀ ਹੋਈ ਪਈ ਆ। ਰੋਟੀ ਨੀ ਪਕਾਉਂਦੀ? ਅੱਗੇ ਮੈਂ ਰੋਟੀ ਬਣਾ ਦਿੰਦੀ ਸੀ, ਪਰਸੋਂ ਮੈਚ ਸੀਗਾ ਵਰਲਡ ਕੱਪ ਇੰਡੀਆ ਦਾ ਸੀ, ਮੈਂ ਕਹਿੰਦਾ ਦੁਪਹਿਰ ਦੀ ਰੋਟੀ ਤੁਸੀਂ ਬਣਾ ਲਓ, ਵੀ ਮੈਂ ਮੈਚ ਦੇਖਣਾ, ਆਪ ਮੈਨੂੰ ਪੁੱਠਿਓ ਪੈ ਗਈ, ਕਹਿੰਦੀ ਜਦ ਵੀ ਤੁਹਾਨੂੰ ਕੰਮ ਨੂੰ ਕਹਿੰਦੇ ਤੂੰ ਤਾਂ ਬਸ ਮੈਚ ਲੈ ਕੇ ਬੈਠ ਜਾਂਦੀ ਹੈ, ਟੀਵੀ ਲੈ ਕੇ ਬੈਠ ਜਾਂਦੀ ਆ, ਬਸ ਫਿਰ ਕੀ ਸੀ, ਫਿਰ ਮੈਨੂੰ ਕਹਿਣ ਲੱਗ ਗਈ ਵੀ ਮੈਂ ਹੀ ਆਪੇ ਬਣਾ ਲਿਆ ਕਰੋ ਦੁਪਹਿਰ ਦੀ ਰੋਟੀ ਵੀ, ਫਿਰ ਮੈਂ ਵੀ ਕਹਿਤਾ ਠੀਕ ਹੈ ਫਿਰ ਬਣਾ ਲਿਆ ਕਰੋ।
ਸਰ ਮੈਂ ਫਾਈਨਾਂਸ ਡਿਪਾਰਟਮੈਂਟ ਤੋਂ ਬੋਲਦੀ ਹਾਂ। ਹਾਂਜੀ ਮੈਮ। ਤੁਹਾਡੇ ਏਸੀ ਦੀ ਕਿਸ਼ਤ ਪੈਂਡਿੰਗ ਆ 2000 ਰੁਪਏ, ਪਲੀਜ਼ ਪੇ ਕਰ ਦਿਓ। ਏਸੀ ਦੀ ਫਾਲਤੂ ਗੱਲਾਂ ਛੱਡੋ ਬਾਈ, ਆਪਾਂ ਸ਼ਿਮਲੇ ਚੱਲਦੇ ਹਾਂ, ਦੋ ਚਾਰ ਦਿਨ ਘੁੰਮ ਕੇ ਆਵਾਂਗੇ। ਆਹੋ ਬਾਈ, ਜੱਗੀ ਨੂੰ ਤਾਂ ਮੌਜ ਆ, ਚੱਲਦੇ ਹਾਂ। ਨਾਲੇ ਭਰਜਾਈ ਘਰ ਦਾ ਸਾਰਾ ਕੰਮ ਸਾਂਭ ਲੂਗੀ, ਨਾਲੇ ਇਹਦਾ ਤਾਂ ਸੱਸ ਨਾਲ ਪਿਆਰ ਬਹੁਤ, ਇਹਨੂੰ 1000-2000 ਦੇ ਨੋਟ ਦੇ ਦਿੰਦੀ, ਇਹਦੇ ਨਾਲ ਨਜ਼ਾਰੇ ਨੇ ਫੁੱਲ। ਕੀ ਹੋ ਗਿਆ ਜੱਗੀ, ਕੀ ਸੋਚੀ ਜਾਂਦਾ? ਉਹ ਪਹਿਲਾਂ ਵੀ ਤਾਂ ਕੁਆਰੇ ਹੁੰਦੇ ਜਾਂਦਾ ਹੀ ਰਹਿਣ, ਸਮਾਂ ਹੁਣ ਤਾਂ ਤੈਨੂੰ ਸੌਖਾ ਹੋ ਗਿਆ ਜਾਣਾ। ਉਹ ਨਾਲੇ ਸਾਲਿਆ, ਹੁਣ ਤਾਂ ਵੀਡੀਓ ਵੀ ਟ੍ਰੈਂਡਿੰਗਾਂ 'ਚ ਆਉਣ ਲੱਗ ਗਈਆਂ। ਉਹ ਤਾਂ ਠੀਕ ਆ, ਪਰਦੀਪ ਤੁਸੀਂ ਜਾਓ ਯਾਰ, ਮੇਰਾ ਤਾਂ ਔਖਾ, ਤੁਹਾਨੂੰ ਪਤਾ ਤਾਂ ਸਹੀ ਆ, ਆਪ ਤਾਂ ਮਿੰਟ 'ਚ ਆ ਜਾਂਦਾ ਘੁੰਮ ਕੇ।
ਫਿਲਮ ਬਣਾਉਣੀ ਆ, ਤਿਆਰ ਕਰਨੀ ਆ, ਫਿਰ ਪਾਣੀ ਆ, ਬਹੁਤ ਟਾਈਮ ਲੱਗਦਾ ਯਾਰ, ਔਖਾ ਮੇਰਾ ਤਾਂ ਬਾਈ ਯਾਰ। ਸੰਦੀਪ ਤੁਸੀਂ ਜਾ ਆਓ। ਉਹ ਬਾਈ ਫਿਲਮਾਂ ਨੂੰ ਕੀ ਹੈ, ਦੋ ਦਿਨ ਆਰਾਮ ਕਰ ਲੈ। ਉਹ ਨਹੀਂ ਯਾਰ, ਬਹੁਤ ਆਡੀਅੰਸ ਵੇਟ ਕਰਦੀ ਆ, ਪਿਆਰ ਕਰਦੇ ਨੇ ਸਭ, ਗੈਪ ਨਹੀਂ ਪਾ ਸਕਦੇ। ਤੁਸੀਂ ਜਾਓ ਯਾਰ, ਮੇਰਾ ਤਾਂ ਔਖਾ ਆ। ਚੱਲ ਭਰਾਵਾ, ਦੇਖ ਲੈ ਤੇਰੀ ਮਰਜ਼ੀ ਆ, ਤੈਨੂੰ ਜਿਵੇਂ ਠੀਕ ਲੱਗਦਾ। ਹੋਰ ਯਾਰ, ਉਹ ਇਹ ਤਾਂ ਘਰ ਜੋਗਾ ਹੀ ਰਹਿ ਗਿਆ ਯਾਰ, ਕਿੱਥੇ ਬਾਹਰ ਜਾਣ ਜੋਗਾ ਰਿਹਾ। ਚਲੋ ਆਪਾਂ ਹੀ ਚੱਲਦੇ ਹਾਂ, ਆਪਾਂ ਬਣਾਉਂਦੇ ਹਾਂ ਪਰਿਆ। ਹੁਣ ਮੈਂ ਇਹਨਾਂ ਨੂੰ ਕੀ ਦੱਸਾਂ, ਮੇਰੀ ਜ਼ਿੰਦਗੀ ਤਾਂ ਸਾਲੀ ਨਰਕ ਬਣੀ ਪਈ ਆ। ਜੇ ਸੈਲਰੀ 'ਚੋਂ ਕੋਈ ਰੁਪਈਆ ਬਚੂਗਾ ਤਾਂ ਹੀ ਕਿਤੇ ਘੁੰਮਣ ਜਾਊਂਗਾ, ਪੈਸੇ ਤਾਂ ਡੱਫ ਲਏ ਦੋਨਾਂ ਜਣੀਆਂ ਨੇ। ਰਲ ਮਿਲ ਕੇ ਟਾਈਮ ਕੱਟ ਲੋ, ਨਿਆਣੇ ਉਹ ਵੀ ਕੋਈ ਨਾ ਸਮਝ ਵਾਲੀ ਹੋ ਜੂਗੀ। ਮੁੰਡੇ ਨੂੰ ਕਾਹਨੂੰ ਦੁਖੀ ਕਰਦੇ, ਵਿਚਾਰਾ ਮੁੰਡਾ ਦੁਖੀ ਹੁੰਦਾ। ਦੇਖ ਭੈਣੇ ਰਾਣੀ, ਉਹ ਤੇਰੀ ਸੁਣੇ ਕਿ ਉਹ ਨੂੰਹ ਦੀ ਸੁਣੇ, ਕਿਹਦੀ ਸੁਣੇ, ਉਹ ਜਵਾਕ ਵਿਚਾਲੇ ਫਸ ਜਾਂਦਾ, ਕਿੱਧਰ ਨੂੰ ਜਾਵੇ ਉਹ ਨਿਆਣਾ, ਉਹਨੂੰ ਨਾ ਤੰਗ ਕਰੋ। ਭੈਣੇ ਮੈਂ ਕਾਹਨੂੰ ਤੰਗ ਕਰਦੀ ਹਾਂ, ਉਹਨੇ ਤਾਂ ਅਸੀਂ ਸਾਰਾ ਟੱਬਰ ਸਿੰਘਾਂ 'ਤੇ ਚੱਕ ਰੱਖਿਆ, ਇਕੱਲੀ ਜਣੀ ਨੇ। ਉਹ ਸਾਰਾ ਦਿਨ ਅਸੀਂ ਲਾਈ ਪਈ ਰਹਿੰਦੀ ਹਾਂ, ਕੰਮ ਦਾ ਕੋਈ ਡੱਕਾ ਨਹੀਂ ਤੋੜਦੀ, ਰੋਟੀਆਂ ਮੈਂ ਪਕਾਉਂਦੀ ਹਾਂ, ਸਾਰੇ ਭਾਂਡੇ ਮੈਂ ਮਾਂਜਦੀ ਹਾਂ। ਨਹੀਂ ਚੱਲ ਭੈਣੇ, ਕੋਈ ਨਾ, ਨਿਆਣੀ ਹੈ ਨੂੰਹ ਤੇਰੀ, ਸਮਝ ਜੂਗਾ। ਅੱਜ ਕੱਲ੍ਹ ਦੀਆਂ ਕੁੜੀਆਂ ਆਈਆਂ ਹੀ ਜਾਈਏ ਭੈਣੇ, ਕੋਈ ਨਹੀਂ। ਜਦ ਛੱਡ ਭੈਣੇ, ਕਿਹੜੀਆਂ ਗੱਲਾਂ ਲੈ ਕੇ ਬਹਿ ਗਈ, ਮੈਂ ਤੇਰੇ ਲਈ ਚਾਹ ਲਿਆਉਂਦੀ ਹਾਂ। ਦੇਖ ਗੁਰੀ ਬਾਈ, ਮੈਂ ਤੈਨੂੰ ਤਾਂ ਬੁਲਾਇਆ ਅੱਜ, ਭੈਣ ਤੇਰੀ ਕਰਦੀ ਆ ਥੋੜ੍ਹਾ ਤੰਗ ਮੇਰੀ ਮਾਂ ਨੂੰ, ਉਦੋਂ ਮੇਰਾ ਫਰਜ਼ ਆ ਯਾਰ ਤੁਹਾਨੂੰ ਇੱਕ ਵਾਰੀ ਸਮਝਾਉਣਾ। ਤੁਸੀਂ ਉਹਨੂੰ ਸਮਝਾਓ ਵੀ ਇੱਦਾਂ ਨਹੀਂ ਕਰਨਾ, ਹੈ ਨਾ, ਜੋ ਵੀ ਤੁਹਾਡਾ ਫਰਜ਼ ਬਣਦਾ ਆ, ਕਿਉਂ ਕੱਲ੍ਹ ਨੂੰ ਹੋਰ ਕੋਈ ਵਾਧਾ ਵਾਧਾ ਫਿਰ ਫਾਇਦਾ ਨਹੀਂ ਹੈਗਾ ਇਹ ਗੱਲਾਂ 'ਚ। ਕੋਈ ਨਹੀਂ ਬਾਈ ਜੀ, ਮੈਂ ਸਮਝਦਾ ਤੁਹਾਡੀ ਗੱਲ, ਮੈਂ ਸਮਝਾਉਣਾ ਗੁੱਡੀ ਨੂੰ, ਤੁਸੀਂ ਫਿਕਰ ਨਾ ਕਰੋ। ਦੇਖ ਭੈਣ, ਤੇਰੇ ਕਰਕੇ ਨਾ ਅੱਜ ਲਾਂਬਾ ਮਿਲਿਆ ਮੈਨੂੰ ਬਾਈ ਜੀ, ਉਹਨਾਂ ਕਣੀਓ, ਤੂੰ ਆਪਣੀ ਸੱਸ ਦੀ ਇੱਜ਼ਤ ਨਹੀਂ ਕਰਦੀ। ਦੇਖ ਜੱਸ, ਤੇਰੇ ਤੋਂ ਵੱਡੀ ਆ ਉਹ, ਤੂੰ ਇੱਜ਼ਤ ਕਰਿਆ ਕਰ ਉਹਦੀ, ਸਤਿਕਾਰ ਦਿਆ ਕਰ ਉਹਨੂੰ, ਤੂੰ ਆਪ ਝੁਕ ਜਾ ਕਰ ਉਹਦੇ ਮੂਹਰੇ, ਕੋਈ ਗੱਲ ਨਹੀਂ। ਚੱਲ ਠੀਕ ਹੈ ਵੀਰੇ, ਹੁਣ ਜੇ ਤੂੰ ਕਹਿ ਰਿਹਾ ਤਾਂ ਫਿਰ ਮੈਂ ਅੱਗੇ ਤੋਂ ਧਿਆਨ ਰੱਖੂੰਗੀ, ਅੱਗੇ ਤੋਂ ਲਾਂਬਾ ਨਹੀਂ ਆਉਣ ਦਿੰਦੀ। ਚੱਲ ਵਧੀਆ, ਤੂੰ ਆਪ ਝੁਕ ਜਾ ਕਰ, ਮੇਰੀ ਇੱਜ਼ਤ ਬਾਰੇ ਧਿਆਨ ਰੱਖ ਲਿਆ ਕਰ। ਲੈ ਭੈਣੇ, ਚੱਲ ਠੀਕ ਆ, ਕੋਈ ਨੀ ਕੋਈ ਨੀ ਭੈਣੇ, ਭਾਈਆਂ ਦਾ ਸਗਨ ਹੁੰਦਾ ਇਹ। ਠੀਕ ਆ, ਚੱਲ ਠੀਕ ਆ, ਧਿਆਨ ਰੱਖੀ ਆਪਾਂ। ਸੀਗਾ ਮਾਸੀ ਜੀ, ਤੁਸੀਂ ਵੀ ਮਾੜਾ ਖਿਆਲ ਕਰ ਲਿਆ ਕਰੋ ਜੀ, ਠੀਕ ਆ, ਘਰ ਚ ਕਲੇਸ਼ ਚੰਗਾ ਨੀ ਹੁੰਦਾ, ਤੁਹਾਡੀ ਵੀ ਧੀ ਹੈ ਜੀ ਇਹ। ਕੋਈ ਗੱਲ ਨੀ ਬੇਟਾ, ਤੂੰ ਟੈਨਸ਼ਨ ਨਾ ਲੈ, ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਘਰ ਚੱਲਦੀਆਂ ਰਹਿੰਦੀਆਂ ਨੇ। ਚਲੋ ਚੰਗਾ ਮਾਸੀ ਜੀ, ਮੈਂ ਚੱਲਦਾ। ਪਤਾ ਨਹੀਂ ਕੰਮ ਬਣੂਗਾ ਵੀ ਕਿ ਨਾ। ਆ ਗਏ ਤੁਸੀਂ? ਹਾਂਜੀ ਆ ਗਿਆ, ਕੋਈ ਚੀਜ਼ ਲੈ ਤੇਰੇ ਵਾਸਤੇ, ਮੈਂ ਅੱਜ ਗੈਸ ਕਰ। ਮੇਰੇ ਵਾਸਤੇ? ਆਹੋ ਤੇਰੇ ਵਾਸਤੇ। ਅੱਛਾ, ਹਾਂ ਕੀ? ਦੇਖ ਚਾਕਲੇਟ,
ਉਹ ਮੇਰੇ ਵਾਸਤੇ ਉਹ ਹੋਰ ਤੇਰੇ ਵਾਸਤੇ ਲਿਆ ਹੋਰ ਕਿਹਦੇ ਵਾਸਤੇ ਲਿਆਣਾ ਸੀ ਮੈਂ ਸੱਚੀ ਹੋਰ ਕੋਈ ਦੋ ਦੋ ਆ ਫੁੱਲ ਦੇ ਕਿਵੇਂ ਆ ਫੁੱਲ ਆ ਥੈਂਕ ਯੂ ਵੈਸੇ ਤਾਂ ਬਾਰਿਸ਼ ਵੀ ਆ ਰਹੀ ਹੈ ਨਾ ਹਾਂ ਹਾਂ ਬਾਰਿਸ਼ ਬਹੁਤ ਸੋਹਣਾ ਮੌਸਮ ਹੋਇਆ ਹੈ ਅੱਗੇ ਤਾਂ ਤੁਸੀਂ ਕਦੇ ਲੈ ਕੇ ਨਹੀਂ ਆਉਂਦੇ ਦੋ ਚਾਕਲੇਟਸ ਕੰਮ ਕੀ ਆ ਦੱਸੋਗੇ ਉਹ ਯਾਰ ਕੰਮ ਕੀ ਹੋਣਾ ਮੈਨੂੰ ਮੈਂ ਵੈਸੇ ਲੈ ਕੇ ਆਇਆ ਅੱਗੇ ਵੀ ਤਾਂ ਲਿਆ ਕੀ ਦੇਦਾ ਤੈਨੂੰ ਚੀਜ਼ਾਂ ਅੱਗੇ ਕੀ ਲਿਆ ਕੇ ਨਹੀਂ ਦਿੱਤੀਆਂ 6 ਮਹੀਨੇ 3 ਪਤਾ ਨਹੀਂ 4 ਦਿਨ ਸਾਡੇ ਵਿਆਹ ਨੂੰ ਹੋ ਗਏ ਅੱਜ ਪਹਿਲੀ ਵਾਰ ਲੈ ਕੇ ਆਏ ਹੋ ਤੁਸੀਂ ਅੱਗੇ ਕਿਹੜਾ ਲਿਆ ਕੇ ਦਿੱਤੀ ਆ ਕੰਮ ਦੱਸੋ ਕੀ ਆ ਉਹ ਚੱਲ ਜੇ ਤੂੰ ਹੁਣ ਪੁੱਛੇ ਰਹੀ ਆ ਯਾਰ ਮੈਂ ਜਾਣਾ ਆਪਣੇ ਯਾਰਾਂ ਦੋਸਤਾਂ ਨਾਲ ਸ਼ਿਮਲੇ ਉਹ ਵੀ ਜਾ ਰਹੇ ਨੇ ਤੇ ਮੈਨੂੰ ਯਾਰ 4,000 ਰੁਪਏ ਦੀ ਲੋੜ ਆ ਯਾਰ ਕਰਦੇ ਯਾਰ ਤੇਰੇ ਕੋਲ ਤਾਂ ਹੈਗੇ ਨੇ ਅੱਛਾ ਤੇ ਇਹ 40 ਰੁਪਏ ਇਨਵੈਸਟ ਕਰਕੇ ਤੁਸੀਂ ਮੈਨੂੰ 4,000 ਕਢਵਾਉਣੇ ਆ ਮਤਲਬ ਹੱਦ ਹੈ ਹਨਾ ਮੰਮੀ ਓ ਯਾਰ ਜੱਸ ਕਿਉਂ ਗਾ ਪਾਨੀ ਆ ਮੰਮੀ ਨੂੰ ਕਿਉਂ ਦੱਸ ਰਹੀ ਆ ਮੈਨੂੰ ਲੋੜ ਆ ਯਾਰ ਆ ਤਾਂ ਮੈਂ ਦੱਸਾਂ ਨਾ ਓ ਯਾਰ ਚੰਗਾ ਨਾ ਦੱਸ ਗਾ ਤਾਂ ਤੁਸੀਂ ਸ਼ਿਮਲੇ ਕਿਉਂ ਜਾ ਰਹੇ ਹੋ ਓ ਯਾਰ ਘੁੰਮਣ ਜਾਣਾ ਮੈਨੇ ਬਸ ਹੋਰ ਕੀ ਬਸ ਤੂੰ ਰਹਿਣ ਦੇ ਮੈਂ ਨਹੀਂ ਜਾਂਦਾ ਯਾਰ ਮੈਂ ਇੱਥੇ ਇੱਕ ਇੱਕ ਪੈਸਾ ਆਪਣੇ ਫਿਊਚਰ ਵਾਸਤੇ ਜੋੜ ਰਹੀ ਆ ਤੇ ਤੁਹਾਨੂੰ ਘੁੰਮਣ ਦੀ ਪਈ ਆ ਓ ਠੀਕ ਆ ਯਾਰ ਕੋਈ ਨਹੀਂ ਕਿਤੇ ਨਹੀਂ ਜਾਣਾ ਮੈਂ ਕਹਿੰਦਾ ਚੁੱਪਚਾਪ ਇੱਥੇ ਹੀ ਰਹੋ ਨਾਲੇ ਆਪਣੀ ਮੂਵੀਜ਼ ਬਣਾ ਲਓ ਧਿਆਨ ਨਾਲ ਪਤਾ ਆਡੀਅੰਸ ਕਿੰਨਾ ਵੇਟ ਕਰਦੀ ਆ ਨਾਲੇ ਮੈਂ ਮੰਮੀ ਨੂੰ ਸ਼ਿਕਾਇਤ ਲਾ ਦਿੰਦੀ ਮੈਂ ਤੁਹਾਨੂੰ ਦੱਸਦਾ ਤੁਸੀਂ ਨਾ ਲਓ ਸ਼ਿਮਲੇ ਦਾ ਨਾਲੇ ਜੱਗੀ ਜੀ ਚੁੱਪ ਕਰਕੇ ਆਪਣੀ ਸਟੋਰੀਜ਼ ਵੱਲ ਧਿਆਨ ਦਿਓ ਆਪਣੀ ਮੂਵੀਜ਼ ਬਣਾਓ ਆ ਦਿਨਾਂ 'ਚ ਤੁਹਾਡਾ ਫਰਾਈਡੇ ਆ ਜਾਂਦਾ ਤੁਹਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਹੱਦ ਹੋ ਗਈ ਓ ਯਾਰ ਜੱਸ ਕਿਉਂ ਗਾ ਪਾ ਰਹੀ ਆ ਮੰਮੀ ਸੁਣ ਲੂਗੀ ਹੌਲੀ ਤਾਂ ਬੋਲਾ ਸੁਣਨ ਦੋ ਹੁਣ ਮੰਮੀ ਨੂੰ ਵੀ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਉਹਨਾਂ ਦਾ ਪੁੱਤ ਕਰਤੂਤਾ ਕੀ ਕਰਦਾ ਆਏ ਤਾਂ ਬੜੀ ਤਾਰੀਫ ਕਰਦੇ ਨੇ ਮੇਰਾ ਪੁੱਤ ਇਹ ਹੈ ਮੇਰਾ ਪੁੱਤ ਉਹ ਹੈ ਹੁਣ ਪਤਾ ਚੱਲੇ ਵੀ ਸ਼ਿਮਲੇ ਦੇ ਟ੍ਰਿਪ ਲਾਉਣ ਨੂੰ ਫਿਰਦੇ ਆ ਉਹ ਜੱਸ ਕਿਉਂ ਗਾ ਪਾਇਆ ਯਾਰ ਹੌਲੀ ਤਾਂ ਬੋਲਾ ਕਰ ਲੂਗਾ ਕੰਮ ਬਣਾ ਲੂਗਾ ਮੂਵੀਜ਼ ਵੀ ਤੂੰ ਹੌਲੀ ਤਾਂ ਬੋਲਾ ਮੰਮੀ ਸੁਣ ਲੂਗੀ ਯਾਰ ਹਾਂ ਸੁਣਨ ਦੋ ਫਿਰ ਮੈਨੂੰ ਤਾਂ ਫੇਰ ਗਾ ਪਾਲਾ ਤੁਹਾਨੇ ਕੀ ਕੜੇ ਪਾ ਰੱਖਿਆ ਉਹ ਮੰਮੀ ਕੁਛ ਨਹੀਂ ਕੜੇ ਥੋੜੀ ਬੈਗ ਤਾਂ ਵੈਸੇ ਨਾੜੇ ਨਾੜਾ ਪਾਈ ਜਾਂਦੇ ਪੁੱਤ ਵੈਸੀ ਗੱਲਾਂ ਮਾਰ ਕਰੇ ਤਾਂ ਸੁੱਖ ਸ਼ਾਂਤੀ ਨਾਲ ਲੰਘਾ ਲਿਆ ਕਰੋ ਤੁਸੀਂ ਸੁੱਖ ਸ਼ਾਂਤੀ ਵਾਸਤੇ ਕਰਦੇ ਹੋ ਰੋਜ਼ ਕਲੇਸ਼ ਕਰਦੇ ਮੰਮੀ ਜੀ ਸ਼ਿਮਲੇ ਕਿਹੜਾ ਸ਼ਿਮਲੇ ਯਾਰ ਮੰਮੀ ਉਹ ਸ਼ਮਾਹੀ ਦੀ ਕਿਸ਼ਤ ਭਰਨੀ ਆ ਬੀਮੇ ਦੀ ਉਹਦੀ ਗੱਲ ਕਰ ਰਹੇ ਸੀਗੇ ਹੋਰ ਕੀ ਆ ਉਹ ਬੀਮਾ ਸੌਰ ਸਣਾ ਉਹਦੀ ਕਿਸ਼ਤ ਭਰਨੀ ਹੁੰਦੀ ਆ ਅੱਛਾ ਬੀਮੇ ਦੀ ਕਿਸ਼ਤ ਕਹਿੰਦਾ ਹੋਵੇਗਾ ਹੋਰ ਇਹਦਾ ਚੱਲੀ ਆ ਐਵੇਂ ਬੋਲੀ ਜਾਂਦੀ ਆ ਭਰ ਦੇ ਭਰ ਮੈਂ ਚੱਲੀ ਨਹੀਂ ਹੈਗੀ ਮੰਮੀ ਜੀ ਸ਼ਿਮਲੇ ਜਾਣ ਨੂੰ ਕਹਿੰਦੇ ਨੇ ਪੈਸੇ ਦੀ ਤਾਂ ਪਹਿਲੇ ਤੰਗੀ ਚੱਲ ਰਹੀ ਆ ਹਾਂ ਪੁੱਤ ਇੰਨਾ ਖਰਚ ਪਿਆ ਆਪਣੇ ਸਿਰ ਤੇ ਪੈਨੇ ਕੀ ਕਰੇਗਾ ਤੂੰ ਸ਼ਿਮਲੇ ਜਾ ਕੇ ਕੰਮ ਕਰ ਆਪਣਾ ਕੰਮ ਤੇ ਧਿਆਨ ਦੇ ਕਿਤੇ ਨਹੀਂ ਜਾਣਾ ਪੁੱਤ ਸਿਆਣਾ ਬਣ ਜਾ ਤੂੰ ਆਪਣੇ ਘਰੇ 2 ਘੰਟੇ ਸੀ ਹੋਰ ਚਲਾ ਲਿਆ ਕਰ ਜੇ ਤੇ ਠੰਡ ਚ ਰਹਿਣਾ ਕਿਤੇ ਨਹੀਂ ਜਾਣਾ ਹੈਗਾ ਸਿਆਣਾ ਬਣ ਜਾ ਪੁੱਤ ਉਹ ਚੰਗਾ ਮੰਮੀ ਯਾਰ ਕੀ ਗੱਲ ਕਿਧਰੇ ਜਾਣ ਨਾ ਦੇਈ ਤੂੰ ਇੰਨੇ ਚ ਤੇਰਾ ਕੀ ਜਾਂਦਾ ਦੀਦੀ ਮੈਂ ਵਗ ਜਾਂਦਾ ਇੱਥੇ ਗਾਹ ਪਾਣਾ ਹੈ ਜ਼ਰੂਰੀ ਸੀਗਾ ਪਾਰਕ ਚ ਘੁੰਮ ਲਓ ਜਿਹੜਾ ਘੁੰਮਣਾ 4 ਗੇੜੇ ਇੱਧਰ ਨੂੰ ਲਾਓ ਨਾਲ ਸਿਹਤ ਬਣੂਗੀ ਮੈਂ ਤੇ ਨਾ ਮਾਰਾ ਸਾਲ ਉਹ ਮਰਦੀ ਆ ਤੁਹਾਡੀ ਨਾਲ ਮੈਨੂੰ ਵੀ ਲੈ ਜਿਓ ਮੈਂ ਵੀ ਦੁਖੀ ਹੋਊਗੀ ਬਾਈ ਤੈਨੂੰ ਤਾਂ ਭਰਜਾਈ ਨਹੀਂ ਘੁੰਮਣ ਦਿੰਦੀ ਅਸੀਂ ਤਾਂ ਲੈਣੀ ਨੇ ਜ਼ਿੰਦਗੀ ਦੇ ਨਜ਼ਾਰੇ ਆਹੋ ਬਾਈ ਕਰ ਲਾ ਝੇਡਾ ਟਾਈਮ ਆ ਤੇਰਾ ਹੋਰ ਤਾਂ ਕੀ ਵਧੀਆ ਵਧੀਆ ਤੈਨੂੰ ਠੰਡ ਤਾਂ ਨਹੀਂ ਲੱਗੀ ਸ਼ਿਮਲੇ ਬੈਠ ਚੱਲ ਮੈਂ ਆ ਰਿਹਾ ਲਓ ਭਰਜਾਈ ਨੇ ਕੰਮਾਂ ਕਰਨ ਦੇ ਹੈ ਓਏ ਹੋਰ ਭਰਜਾਈ ਕਾ ਯਾਰ ਅੰਦਰ ਕੰਮ ਚ ਵੀ ਸੀ ਆ ਉਹ ਆ ਗੋਲੋ ਯਾਰ ਆ ਪਾ ਕਿਉਂ ਕਿਆ ਬਣ ਉਹ ਹੋਰ ਅੱਕੇ ਪਏ ਉਹ ਸੱਚ ਤੁਹਾਡਾ ਕਿਵੇਂ ਰਿਹਾ ਟ੍ਰਿਪ ਬਾਈ
ਬਹੁਤ ਘੈਂਟ। ਉਹ ਹੋਰ ਬਾਈ ਜੱਗੀ, ਉੱਥੇ ਤਾਂ ਬਹੁਤ ਨਜ਼ਾਰਾ ਆਇਆ, ਬਹੁਤ ਚਿੱਲ ਮਾਰਿਆ ਉੱਥੇ। ਉਹ ਜੱਗੀ ਤਾਂ ਐਵੇਂ ਜਾਣਾ ਸੀ ਉੱਥੇ? ਉਹ ਕੋਈ ਨਹੀਂ ਬਾਈ, ਫਿਰ ਕਦੇ ਸਹੀ, ਫਿਰ ਵਗ ਜੂਗਾ ਕੋਈ ਨਹੀਂ। ਹੋਰ ਜੱਗੀ ਕਰੇ ਸੁਖਸਾਂ ਦਾ? ਉਹ ਹਾਂ ਹਾਂ ਬਾਈ, ਸਭ ਵਧੀਆ। ਬਾਈ ਜੱਗੀ ਹੁਣ ਤਾਂ ਮੇਰਾ ਵੀ ਜੀ ਕਰਨ ਲੱਗ ਗਿਆ ਵੀ ਤੇਰੇ ਵਾਂਗੂ ਵਿਆਹ ਕਰਾ ਕੇ ਨਜ਼ਾਰੇ ਲਈਏ। ਉਹ ਬਾਈ ਕਾਹਨੂੰ ਕਮਲਾ ਹੋ ਰਿਹਾ ਯਾਰ ਤੂੰ, ਤੁਸੀਂ ਮੇਰੇ ਨਾਲੋਂ ਕਿਤੇ ਵੱਧ ਐਸ਼ ਕਰਦੇ ਹੋ। ਆਪਣੀ ਜ਼ਿੰਦਗੀ ਖਰਾਬ ਨਾ ਕਰੋ, ਜਿੰਨਾ ਟਾਈਮ ਲੱਗਦਾ ਲਿਖਾ ਲਓ ਬਾਈ, ਕੋਈ ਫਾਇਦਾ ਨਹੀਂ ਹੈਗਾ ਵਿਆਹ ਵਿਊ ਚ। ਬਹੁਤ ਔਖਾ ਬਾਈ। ਉਹ ਜੱਗੀ ਤੂੰ ਕਾਹਨੂੰ ਮਖੌਲ ਕਰਦਾ ਯਾਰ, ਤੇਰੇ ਜਿੰਨੇ ਨਜ਼ਾਰੇ ਕੌਣ ਲੈ ਰਿਹਾ? ਉਹ ਬਾਈ ਮਜ਼ਾਕਾਂ ਨੂੰ, ਮੇਰੀ ਜੂਨ ਤਾਂ ਇਸ ਟਾਈਮ ਕੁੱਤੇ ਵਰਗੀ ਹੋਈ ਪਈ ਆ। ਵਿਆਹ ਕਰਾ ਕੇ ਇੰਨੀ ਗੁਲਾਮੀ ਕਰਨੀ ਪੈਂਦੀ ਆ ਨਾ ਬੰਦੇ ਨੂੰ, ਛੱਡ ਦੇ ਗੱਲਾਂ, ਕਿਤੇ ਆਪਣੀ ਮਰਜ਼ੀ ਨਾਲ ਮੈਂ ਬੈਠਣ ਜੋਗਾ ਨਹੀਂ, ਖੜਨ ਜੋਗਾ ਨਹੀਂ। ਹੁਣ ਮੈਂ ਤੁਹਾਨੂੰ ਕੀ ਦੱਸਾਂ ਯਾਰ, ਤੁਹਾਨੂੰ ਵੀ ਜਦੋਂ ਮਿਲਦਾ ਬਹਾਨਾ ਮਾਰ ਕੇ ਮਿਲਦਾ, ਸੈਲਰੀ ਸਾਲੀ ਆਉਂਦੀ ਬਾਅਦ ਚੋਂ, ਆ ਖਰਚ ਸਾਲੀ ਪਹਿਲਾਂ ਹੋ ਜਾਂਦੀ ਆ। ਐਡੀ ਕਬੀਲਦਾਰੀ ਗੱਲ ਪੈ ਗਈ ਬਾਈ ਮੇਰੇ, ਤੁਸੀਂ ਬਚੋ ਜਿੰਨਾ ਚਿਰ ਬਚਿਆ ਜਾਂਦਾ, ਟਾਈਮ ਲਿਖਾ ਦਿਓ ਜਿੰਨਾ ਲੱਗਦਾ, ਕੋਈ ਫਾਇਦਾ ਨਹੀਂ ਹੈਗਾ ਵਿਆਹ ਵਿਊ ਕਰਾ ਕੇ। ਨਾਲੇ ਬਾਕੀ ਘਰ ਦੇ ਕਲੇ ਛੱਡ, ਆਪਸ ਚ ਮਾਂ ਤੇ ਘਰ ਵਾਲੀ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਲੜੀ ਹੋ ਜਾਂਦੀ ਆ, ਨੋਕ ਝੋਕ ਹੁੰਦੀ ਹੋ ਰਹਿੰਦੀ, ਇਹਨਾਂ ਦੇ ਕਲੇਸ਼ ਪਈ ਹੋ ਜਾਂਦਾ। ਤੇ ਨਾਲੇ ਜੇ ਮੈਂ ਘਰ ਵਾਲੀ ਦੀ ਸੁਣਦਾ ਤਾਂ ਮਾਂ ਗੁੱਸੇ ਹੁੰਦੀ ਆ, ਜੇ ਮਾਂ ਦੀ ਸੁਣਦਾ ਤਾਂ ਘਰ ਵਾਲੀ ਨੱਕ ਚਾੜ ਲੈਂਦੀ ਆ। ਬਹੁਤ ਔਖਾ ਬਈ, ਮੈਂ ਵਿਚਾਲੇ ਫਸ ਜਾਂਦਾ, ਦੱਸ ਮੈਂ ਕੀ ਕਰਾਂ? ਦੋਹੇ ਪਾਸਿਓਂ ਕੰਨ ਟੇਢੇ ਕਰਕੇ ਟਾਈਮ ਲੱਗਦਾ ਬਈ, ਕੋਈ ਇੰਜੋਏ ਨਹੀਂ ਹੈਗਾ ਬਈ ਮੇਰੀ ਲਾਈਫ 'ਚ। ਤੁਹਾਨੂੰ ਉਹੀ ਲੱਗਦਾ ਵੀ ਮੈਂ ਬਹੁਤ ਇੰਜੋਏ ਕਰਦਾ ਹੋਊਂਗਾ ਵੀ ਚੱਲ ਵਿਆਹ ਹੋ ਗਿਆ, ਘਰ ਵਾਲੀ ਕੱਪੜੇ ਸਾਂਭਦੀ ਆ, ਸਭ ਕੁਛ ਬਾਈ ਆਪ ਕਰਨਾ ਪੈਂਦਾ। ਤਾਂ ਹੀ ਤੁਹਾਨੂੰ ਕਹਿੰਦਾ ਜਿੰਨਾ ਟਾਈਮ ਲੱਗਦਾ ਤੁਸੀਂ ਲਿਖਾ ਲਓ ਬਾਈ, ਕੋਈ ਫਾਇਦਾ ਨਹੀਂ ਹੈਗਾ ਵਿਆਹ ਵਿੱਚ। ਜੱਗੀ ਤੇਰਾ ਤਾਂ ਇਸ ਹਿਸਾਬ ਨਾਲ ਬਹੁਤ ਔਖਾ ਯਾਰ। ਦੀਪੇ ਬਾਈ ਫਿਰ ਮੈਨੂੰ ਤਾਂ ਲੱਗਦਾ ਆਪਣੇ ਛੜਿਆਂ 'ਚ ਨਹੀਂ ਤਾਂ ਐਸ ਕੋਈ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਉੱਠੀ ਦਾ, ਆਪਣੀ ਮਰਜ਼ੀ ਨਾਲ ਸੋਈ ਦਾ ਨਜ਼ਾਰੇ ਲੈਂਦੇ ਨੇ। ਉਹ ਚੱਲ ਸਹੀ ਗੱਲ ਆ ਬਾਈ ਜੱਗੀ, ਹੁਣ ਤਾਂ ਤੂੰ ਹੌਸਲਾ ਹੀ ਰੱਖ ਸਕਦਾ। ਜਗਦੀਪ ਸਿੱਧੂ ਵੀਰਾ, ਹੈਲੋ। ਹੈਲੋ ਉਹ ਜੱਗੀ ਯਾਰ, ਮੈਂ ਤੈਨੂੰ ਕਿੰਨਾ ਸਮਝਾਇਆ ਸੀ ਵਿਆਹ ਨਹੀਂ ਕਰਾਉਣਾ, ਕਰਤੀ ਉਹੀ ਗੱਲ। ਸਾਡੀ ਫਿਲਮ ਮਾਰੀਏ ਭਰਾਵਾ, ਅੱਜ ਤਾਂ ਪੂਰੀ ਦੁਨੀਆ ਨੂੰ ਦੱਸਦੇ ਫਿਰਦੇ ਆ, ਤੂੰ ਸਾਡੀ ਸੁਣੀ ਨਹੀਂ ਯਾਰ। ਉਹ ਜਗਦੀਪ ਵੀਰੇ ਮੈਨੂੰ ਕੀ ਪਤਾ ਸੀ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਇੰਨੀ ਖਰਾਬ ਹੋ ਜੂਗੀ, ਨਰਕ ਬਣ ਜੂਗੀ। ਵੀਰੇ ਮੈਂ ਤੈਨੂੰ ਕਿਹਾ ਵੀ ਛੜੇ ਬੰਦੇ ਵਰਗੀ ਤਾਂ ਕੋਈ ਐਸ਼ ਨਹੀਂ ਕਰਦਾ, ਛੜੇ ਤਾਂ ਸਭ ਤੋਂ ਵੱਧ ਨਜ਼ਾਰੇ ਲੈਂਦੇ ਆ ਯਾਰ। ਹਾਂ ਇਹ ਤਾਂ ਵੀਰੇ ਸਹੀ ਗੱਲ ਆ ਤੁਹਾਡੀ, ਛੜੇ ਬੰਦੇ ਵਰਗੀ ਕਾਹਨੂੰ ਐਸ਼ ਕਿਸੇ ਨੂੰ। ਚਲੋ ਵੀਰੇ ਮੇਰੇ ਤਾਂ ਹੁਣ ਪੈ ਗਈ ਗਲ 'ਚ ਸੰਗਲੀ। ਸੱਚ ਵੀਰੇ ਤੁਹਾਡੀ ਫਿਲਮ ਆ ਰਹੀ ਹੈ ਦਿਲਜੀਤ ਦੋਸਾਂਝ ਵੀਰੇ ਨਾਲ, ਨੀਰੂ ਬਾਜਵਾ ਜੀ ਨਾਲ ਛੜਾ, 21 ਜੂਨ ਨੂੰ, ਹੈ ਨਾ? ਉਹਦੇ ਲਈ ਵਧਾਈਆਂ ਵੀਰੇ ਤੁਹਾਨੂੰ। ਓਏ ਇਕੱਲੀਆਂ ਵਧਾਈਆਂ ਨਾਲ ਨਹੀਂ ਸਰਨਾ, ਹੁਣ ਵਿਆਹ ਤੂੰ ਕਰਾ ਹੀ ਲਿਆ ਤਾਂ ਮੂਵੀ ਪੂਰੀ ਫੈਮਿਲੀ ਨਾਲ ਦੇਖਣਾ ਹੀ, ਕੋਈ ਰਹਿ ਨਾ ਜਾਵੇ। ਹਾਂਜੀ ਵੀਰੇ ਕਿਸੇ ਨੂੰ ਨਹੀਂ ਰਹਿਣ ਦਿੰਦੇ, ਵੈਸੇ ਟ੍ਰੇਲਰ ਨੇ ਤਾਂ ਗਾਹ ਪਾ ਰੱਖਿਆ। ਉਹ ਗਾਹ ਤਾਂ ਤੂੰ ਵੀ ਬਹੁਤ ਪਾ ਰੱਖਿਆ, ਅੱਜ ਕੱਲ੍ਹ ਟ੍ਰੈਂਡਿੰਗਾਂ 'ਚ ਰਹਿਣ ਲੱਗ ਗਿਆ, ਦੱਬ ਕੇ ਰੱਖ ਕੰਮ। ਬਸ ਕਿਰਪਾ ਵੀਰੇ ਬਾਬੇ ਦੀ ਅਤੇ ਤੁਹਾਡੇ ਵਰਗੇ ਭਾਈਆਂ ਦੀ। ਚੱਲ ਫਿਰ ਠੀਕ ਹੈ, ਹੈ ਨਾ, ਦੱਬ ਕੇ ਰੱਖ ਕੰਮ ਨੂੰ, ਮਿਲਦੇ ਹਾਂ ਆਪਾਂ 21 ਜੂਨ। ਹਾਂ ਹਾਂ ਵੀਰੇ ਮਿਲਦੇ ਹਾਂ 21 ਜੂਨ ਨੂੰ ਮਿਲਦੇ ਹਾਂ। ਚਲੋ ਠੀਕ ਹੈ ਵੀਰ, ਓਕੇ ਵੀਰੇ। ਹੈਂ ਅੱਜ ਸੱਪ ਦੇ ਨਿਊਲਾ ਇਕੱਠੇ ਕਿਵੇਂ ਫਿਰਦੇ ਨੇ? ਸੁੱਖ ਵੀ ਆ ਇਹਨਾਂ ਦਾ ਹੀ ਨਹੀਂ ਪਤਾ ਲੱਗਦਾ, ਐ ਨਹੀਂ ਪਤਾ ਆਉਂਦਿਆਂ ਨੂੰ ਲੜ ਰਹੀਆਂ ਹੋਣ। ਮੈਨੂੰ ਅਕਲ ਸਿਖਾਉਣ ਲੱਗੀ ਆ ਤੂੰ।
ਤੂੰ ਮੇਰੀ ਸੱਸਾਂ ਮੈਨੂੰ ਆਖਣ ਸਿਖਾ ਰਹੀ ਹੈ। ਤੁਸੀਂ ਚੁੱਪ ਰਿਹਾ ਕਰੋ ਮੰਮੀ। ਹਾਂ ਬਿਜਲੀ ਸਾਰਾ ਦਿਨ ਫੂਕਦੀ ਰਹਿੰਦੀ ਹੈ, ਤੇਰਾ ਬਾਪ ਯਾਰ ਮੈਂ ਲੱਗਿਆ ਹੋਇਆ ਬਿਜਲੀ 'ਚ, ਬਿਜਲੀ ਬੋਰਡ 'ਚ ਵੀ ਬਿੱਲ ਭਰਨਾ ਹੋਗਾ। ਜੇ ਇੰਨਾ ਹੀ ਡਰ ਸੀ ਤਾਂ ਲਵਾਏ ਕਾਹਨੂੰ ਫਿਰ ਪੱਖੇ? ਥੋੜ੍ਹੀ ਦੇਰ ਵਾਸਤੇ ਲਵਾਏ ਨਾ, ਸਾਰਾ ਦਿਨ ਚਲਾਉਣ ਨੂੰ ਲਵਾਏ ਤਾਂ ਤੁਸੀਂ ਘਰ ਆਓਗੇ। ਕੀ ਗਾ ਪਾ ਰੱਖਿਆ ਇਹਨਾਂ ਨੇ ਅੱਜ ਫੇਰ? ਉਹ ਇੱਕ ਤਾਂ ਮੈਨੂੰ ਇਹਨਾਂ ਨੇ ਮਾਰ ਲਿਆ ਓਏ, ਰੋਜ਼ ਇਹਨਾਂ ਦਾ ਹੀ ਕੰਮ ਹੋ ਗਿਆ। ਤੁਸੀਂ ਅੱਜ ਫੇਰ ਗਾਹ ਪਾ ਲਿਆ, ਤੁਹਾਡਾ ਸਾਰਾ ਦਿਨ ਆਹੀ ਕੁੱਤ ਕਲੇਸ਼ ਰਹਿੰਦਾ, ਤੁਹਾਨੂੰ ਹੋਰ ਕੰਮ ਵੀ ਹੈਗਾ ਇਸ ਤੋਂ ਬਿਨਾਂ? ਪੁੱਤ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਆ, ਕਮਰਾ ਡੱਕਾ ਨਹੀਂ ਤੋੜਦੀ, ਠੰਡੇ ਏਸੀ ਵਾਲੇ ਕਮਰੇ 'ਚ ਰਹਿੰਦੀ ਆ ਸਾਰਾ ਦਿਨ। ਇਹ ਏਸੀ ਦਾ ਬਿਲ ਤਾਂ ਬਾਅਦ ਭਰੂਗਾ। ਮੈਂ ਨਹੀਂ ਕਰਦੀ, ਹੁਣ ਤਾਂ ਮੈਂ ਜਮਾ ਨਹੀਂ ਕਰਦੀ। ਤੁਸੀਂ ਆਪਣਾ ਕਰੋ ਚਾਹੇ ਨਾ ਕਰੋ। ਹੁਣ ਤਾਂ ਤੈਨੂੰ ਬਹੁਤ ਬਣਾਉਣਾ ਆਉਂਦਾ, ਦਾਲ 'ਚ ਲੂਣ ਤੈਨੂੰ ਪਾਉਣਾ ਨਹੀਂ ਆਉਂਦਾ, ਕਦੇ ਜ਼ਹਿਰ ਬਣਾ ਦਿੰਦੀ ਆ, ਕਦੇ ਫਿੱਕਾ ਹੀ ਰੱਖ ਦਿੰਦੀ ਆ। ਉਹ ਕਹਿੰਦੀ ਮੈਨੂੰ ਬਹੁਤ ਕੁਛ ਬਣਾਉਣਾ ਆਉਂਦਾ ਤੂੰ। ਆਹੋ ਤੁਸੀਂ ਤਾਂ ਮੰਮਾ ਜਿਵੇਂ ਬਹੁਤ ਵੱਡੇ ਮਾਸਟਰ ਸ਼ੈਫ ਲੱਗੇ ਹੋ, ਜੇ ਨਹੀਂ ਪਸੰਦ ਆਉਂਦਾ ਤੁਸੀਂ ਆਪ ਬਣਾ ਲਿਆ ਕਰੋ। ਦੇਖੋ ਤੁਸੀਂ ਮੇਰੀ ਗੱਲ ਸੁਣੋ, ਚਾਹੇ ਮੈਂ ਡੱਕਾ ਤੋੜਦੀ ਹਾਂ ਚਾਹੇ ਮੈਂ ਡੱਕਾ ਨਹੀਂ ਤੋੜਦੀ, ਪਰ ਮੈਂ ਖਾਣਾ ਤਾਂ ਬਣਾਉਂਦੀ ਹਾਂ ਨਾ, ਤੁਹਾਨੂੰ ਸਾਰਿਆਂ ਨੂੰ ਢਿੱਡ ਤਾਂ ਭਰ ਕੇ ਦਿੰਦੀ ਹਾਂ ਨਾ। ਬਿੱਲੀ ਆ ਪੁੱਤ, ਉਹ ਹੀ ਮਾਰਦੀ ਆ, ਕੁਛ ਨੀ ਕਰਦੀ ਇਹ ਡਰਾਮੇਬਾਜ਼, ਡਰਾਮੇ ਕਰਦੀ ਆ ਇਹ ਬਹੁਤ। ਬਿਜਲੀ ਫੁੱਕੀ ਜਾਂਦੀ ਆ ਸਾਰਾ ਝੂਠਾ ਕਰਕੇ ਦੇ ਗਿਆ ਰਿਸ਼ਤਾ ਸਾਨੂੰ, ਸਾਨੂੰ ਕੁਛ ਨੀ ਪਤਾ ਸੀ। ਚਰਿੱਤਰ ਕਰਦੇ ਡਰਾਮੇ ਬਾਜ ਆ ਇਹ। ਜਿੱਦਣ ਮੈਂ ਚਲੀ ਗਈ ਨਾ, ਤੁਹਾਡਾ ਤਾਂ ਇਹ ਹੁਣ ਰੋਜ਼ ਦਾ ਹੀ ਡਰਾਮਾ ਹੋ ਗਿਆ। ਤੇਰੀ ਸੁਣਦਾ ਮੈਂ, ਤੂੰ ਕਹਿੰਦੀ ਐਸੀ ਸੁਣਦਾ, ਤੇਰੀ ਗੱਲ ਮੰਨ। ਮਾਂ ਕਹਿੰਦੀ ਤੀਵੀਂ ਦੇ ਪਿੱਛੇ ਲੱਗਿਆ ਫਿਰਦਾ, ਮੈਂ ਦੱਸ ਗੱਲਾਂ ਕੀ ਕਰਾਂ? ਮੈਂ ਤਾਂ ਤੁਹਾਡੇ ਤੋਂ ਤੰਗ ਆ ਗਿਆ, ਹੁਣ ਮੈਂ ਕਿਸੇ ਦੀ ਨਹੀਂ ਸੁਣਨੀ, ਮੈਂ ਤਾਂ ਅੱਕ ਗਿਆ ਹੁਣ ਤੁਹਾਡੇ ਸਭ ਤੋਂ। ਮੈਂ ਤਾਂ ਜ਼ਹਿਰ ਖਾ ਰਿਹਾ, ਮੈਂ ਤਾਂ ਜ਼ਹਿਰ ਖਾ ਕੇ ਮਰਦਾ, ਤੁਸੀਂ ਹੋ ਜਿਓ ਮੈਥੋਂ ਬਾਅਦ ਖੁਸ਼ ਜਿੰਦਾ ਹੋਣਾ। ਇਹ ਤਾਂ ਮੇਰੇ ਪੁੱਤ ਨੂੰ ਮਰਾ ਕੇ ਜਾਊਗੀ ਨਾ, ਤੂੰ ਕਰੀ ਨਾ ਪੁੱਤ, ਮੇਰੀ ਗੱਲ ਤਾਂ ਸੁਣੋ। ਪਰ ਇਹ ਤਾਂ ਮੁੰਡਾ ਮਰਾ ਹੋ ਗਿਆ, ਇਹਦੇ ਹੋਰ ਕੁਛ ਨਹੀਂ ਕਰਨਾ ਮੁੰਡਾ ਮਰਾਉਣ ਆ ਗਿਆ। ਜੋ ਕਹੋਗੇ ਉਹ ਮੰਨ ਲੂੰਗੀ, ਪਰ ਤੁਸੀਂ ਠੀਕ ਹੋ ਜਾਓ।
ਹੱਡੀ ਕੀ ਹੋ ਗਿਆ ਇਹਨੂੰ? ਜੱਗੀ ਉੱਠ, ਜੱਗੀ ਉੱਠ, ਉਹ ਜੱਗੀ ਉੱਠ, ਉਹ ਜੱਗੀ ਉੱਠ। ਨਾਲੇ ਥੱਲੇ ਮਾਤਾ ਫੋਟੋਆਂ ਜਿਹੀਆਂ ਦੇਖ ਰਹੀ ਆ, ਲੱਗਦਾ ਤੇਰੇ ਰਿਸ਼ਤੇ ਦੀ ਤਿਆਰੀ ਹੋ ਰਹੀ ਆ। ਜੱਗੀ ਪੁੱਛਿਆ ਬਈ, ਫਿਰ ਇਸਦਾ ਮਤਲਬ ਇਹ ਸੁਪਨਾ ਹੀ ਸੀ? ਮੇਰਾ ਵਿਆਹ ਨਹੀਂ ਹੋਇਆ, ਮੇਰੇ ਕੋਲ ਕੋਈ ਕੋਠੀ ਕੁੱਠੀ ਵੀ ਨਹੀਂ ਹੈਗੀ, ਜਗਦੀਪ ਭਾਜੀ ਵੀ ਨਹੀਂ ਮਿਲੇ ਮੈਨੂੰ। ਉਹ ਕੀ ਹੋ ਗਿਆ, ਕੌਣ ਜਗਦੀਪ? ਉਹ ਜਗਦੀਪ ਸਿੱਧੂ ਬਾਈ ਜਿਹਨੇ ਕਿਸਮਤ ਮੂਵੀ ਡਾਇਰੈਕਟ ਕਰੀ ਆ, ਨਾਲੇ ਹੁਣ ਦਲਜੀਤ ਦੁਸਾਂਝ ਵੀ ਰੇਦੀ ਕਰੀ ਆ ਡਾਇਰੈਕਟ, ਉਹ ਛੜਾ ਮੂਵੀ। ਚੱਲ ਉਹ ਗੱਪੀਆ, ਤੇਰੇ ਸੁਪਨੇ 'ਚ ਆਇਆ ਜਗਦੀਪ ਬਾਈ, ਐਵੇਂ ਝੱਲ ਮਾਰੀ ਜਾਂਦਾ। ਐਡੇ ਸੁਪਨੇ ਨਹੀਂ ਦੇਖੀ ਦੇ, ਚਲਾ ਜਾ ਹੇਠ, ਵੇਟ ਕਰਦੇ ਤੇਰੀ। ਹੈ ਬਾਈ ਸੱਚੀ ਨਹੀਂ ਇਹੋ ਜਿਹਾ ਕੁਛ ਹੋਇਆ? ਆ ਜਾ ਤੇਰੀ ਵੇਟ ਕਰ ਰਿਹਾ। ਆ ਜਾ ਥੱਲੇ। ਉਹ ਸਾਲਾ ਸੱਚੀਓ ਸੁਪਨਾ ਤੀ? ਉਹ ਸ਼ੁਕਰ ਆ ਪਰਮਾਤਮਾ, ਇਹ ਸੁਪਨਾ ਹੀ ਸੀ, ਤੈਨੇ ਮੈਨੂੰ ਪਹਿਲਾਂ ਹੀ ਦਿਖਾਤਾ। ਜੇ ਸੱਚ ਹੋ ਜਾਂਦਾ ਮੈਂ ਤਾਂ ਮਾਰਿਆ ਜਾਂਦਾ। ਓਹ ਵਾਹਿਗੁਰੂ ਸ਼ੁਕਰ ਆ, ਮੈਂ ਤਾਂ ਛੜਾ ਹੀ ਚੰਗਾ, ਕੁੱਤੀ ਜ਼ਿੰਦਗੀ ਆ ਵਿਆਹ ਕਰਾ ਕੇ ਤਾਂ। ਵੇ ਆ ਗਿਆ ਤੂੰ, ਆ ਦੇਖ ਫੋਟੋ ਦੇਖ ਕੇ ਗਿਆ ਵਿਚੋਲਾ, ਕਿੰਨੀ ਸੋਹਣੀ ਕੁੜੀ ਆ ਤੇਰੇ ਵਾਸਤੇ, ਕੁੜੀ ਦੇਖੀ ਆ। ਕਿਹੜੀ ਫੋਟੋ ਦੇ ਗਿਆ ਤੁਹਾਨੂੰ ਵਿਚੋਲਾ? ਮੈਂ ਮੂੰਹ ਨਹੀਂ ਕਰਾਉਣਾ ਵਿਆਹ। ਹਾਏ ਵੇ ਕੰਜਰਾ, ਤਾਂ ਫੋਟੋ ਕਿਉਂ ਪਾੜਤੀ? ਮਾਂ ਜਦੋਂ ਬੰਦੇ ਦੇ ਪਾਪਾ ਦਾ ਘੜਾ ਭਰ ਜਾਂਦਾ ਫਿਰ ਰੱਬ ਉਹਦਾ ਵਿਆਹ ਕਰ ਦਿੰਦਾ। ਵੇ ਕੀ ਕਹੀ ਜਾਂਦਾ, ਨਾਲੇ ਵਿਆਹ ਇੱਕ ਅਜਿਹਾ ਗੁਨਾਹ ਆ ਜਿਹਦੀ ਸਜ਼ਾ ਬੰਦੇ ਨੂੰ ਸਵੇਰੇ ਸ਼ਾਮ ਮਿਲਦੀ ਆ। ਲੈ ਫੜ ਫੋਟੋ, ਕੁੱਤਾ ਹੋਵੇ ਜਿਹੜਾ ਹੁਣ ਵਿਆਹ ਕਰਾਵੇ, ਯਾਰ ਉਹਨੀ ਤਾਂ ਛੜੀ ਰਹਿਣਗੇ। ਉਹ ਪਹਿਲਾ ਸੂਰਜ ਚੜਾ ਕੇ ਪਿੱਛੋਂ ਉੱਠਦਾ ਨਾ, ਹੱਥਾਂ 'ਚ ਗੁਲਾਬ ਫੜੇ ਨੇ, ਉਹ ਲੇਖਾਂ ਵਿੱਚ ਲਿਖੀ ਆਜ਼ਾਦੀ ਜੱਟ ਦੇ ਜੀ ਨਜ਼ਾਰੇ ਬੜੇ ਨੇ, ਉਹ ਬਾਬੇ ਵੱਲੋਂ ਸਾਰਿਆਂ ਤੇ ਫੁੱਲ ਕਿਰਪਾ ਹੋ ਜਿੰਨੇ ਵੀਰ ਛੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਕਿਵੇਂ ਹੋ ਸਾਰੇ? ਤੁਸੀਂ ਕਿਵੇਂ ਲੱਗੀ ਤੁਹਾਨੂੰ ਵੀਡੀਓ, ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਜ਼ਰੂਰ ਕਰਿਓ। ਅਤੇ ਛੜਾ ਮੂਵੀ ਥੀਏਟਰਸ ਦੇ ਵਿੱਚ ਲੱਗ ਚੁੱਕੀ ਹੈ, ਤੁਸੀਂ ਆਪਣੇ ਨੇੜੇ ਦੇ ਥੀਏਟਰਸ 'ਚ ਆ ਕੇ ਜ਼ਰੂਰ ਦੇਖੋ ਅਤੇ ਇੰਜੋਏ ਕਰੋ ਮੂਵੀਜ਼ ਨੂੰ। ਅਤੇ ਮੈਂ ਜੱਗੀ ਬਾਈ ਦਾ ਚੈਨਲ ਦੇਖਿਆ ਨਾ, ਜੱਗੀ ਟੀਵੀ, ਤੁਸੀਂ ਸਬਸਕ੍ਰਾਈਬ ਕਰੋ, ਬਹੁਤ ਵਧੀਆ ਚੈਨਲ ਹੈ, ਕਿ ਆਪਣੇ ਆਪ ਬੰਦਾ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਅਤੇ ਤੁਹਾਡਾ ਪੂਰਾ ਇੰਟਰਟੇਨਮੈਂਟ ਕਰਦਾ। ਮੇਰਾ ਨਾਮ ਵੀ ਜੱਗੀ ਹੈ, ਬਾਈ ਦਾ ਨਾਮ ਵੀ ਜੱਗੀ ਹੈ, ਸੋ ਡਬਲ ਜੱਗੀ। ਅਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ। ਬਾਈ ਜੀ ਤੁਹਾਨੂੰ ਵੀ ਮੁਬਾਰਕਾਂ, ਅਤੇ ਵੀਰੋ ਜ਼ਰੂਰ ਲਾਈਕ ਕਰੋ, ਕਮੈਂਟ ਕਰੋ ਅਤੇ ਛੜਾ ਮੂਵੀ ਜ਼ਰੂਰ ਦੇਖ ਕੇ ਆਓ। ਥੈਂਕ ਯੂ ਸੋ ਮਚ। ਨਾਲੇ ਹਾਂ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਦਿਲ ਵਿੱਚ